ਆਕਾ ਸ਼ਵਣੀ ਖਬਰਾਂ ਪ੍ਰੋਮਿਲਾ ਜੰਵਾਲ ਕੁਲਾ ਪਹਿਲੀਆਂ ਖਾਸ ਖਬਰਾਂ ਬਕਬਕ ਸਿਆਸੀ ਪਾਰਟੀਆਂ ਦੇ ਵੱਡੇ ਲੀਡਰ ਲੋਕ ਸਭਾ ਚੋਣਾਂ ਪ੍ਰਚਾਰ ਲਈ ਰੈਲੀਆਂ ਤੇ ਰੂਟ ਸ਼ੋ ਆਯੋਜਿਤ ਕਰਾਰ ਦੇਣ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ਚ ਅੱਜ ਸੱੰਆ ਮਹਾਰਾਸ਼ਟਰ ਦੇ ਚੰਦਪੁਰ ਜਾਗਰ ਲੋਕ ਸਭਾ ਚੋਣਾਂ ਦੇ ਦੋਵੇਂ ਮرحله ਗੀਤੇ ਨਾਮੰਕਨ ਵਰਤਾਨੇ ਦਾ ਅੱਜ ਖੀਰੀ ਤਿਆੜਾ ਹੈ ਸੇਨਾ ਦੇ ਤਰਫ ਨੇ ਅੰਗੇਂ ਦੀ ਪਹਿਲੀ ਪਹਿਲੀ ਕਾਨਫਰੰਸ ਪਰਿਵਰਤਨ ਚਿੰਤਨ ਅੱਜ ਆਯੋਜਿਤ ਕੀਤੀ ਚਾਰਦੀ ਹੈ ਭਾਰਤੀ ਮੌਸਮ ਵਿਭਾਗ ਨੇ ਆਉਂਦੇ ਚਾਹੁੰ ਦਿਨੇ ਦੌਰਾਨ ਪੂਰਬੀ ਮੱਧ ਤੇ ਪ੍ਰਾਇਦ ਵਿਪੀਪਾਰਤ ਚ ਔਲੀ ਥਮਾ ਮਦਮ ਦਜੇ ਦੀ ਬਰਖਪਾਨੀ ਦੀ ਪੇਸ਼ਾਨਗੋਈ ਕੀਤੀ ਹੈ। ਹੁਣ ਖਬਰ ਦੀ ਤਫਸੀਲ ਬਾਕਬਕ ਸਿਆਸੀ ਪਾਰਟੀ ਦੇ ਵੱਡੇ ਲੀਡਰ ਮੁਲਖੇ ਦੇ ਕਿੰਗੀ ਇਸ ਇੰਚ ਲੋਕ ਸਭਾ ਚੋਣਾਂ ਚ ਆਪਣੇ ਆਪਣੇ ਉਮੀਦਵਾਰਾਂ ਦੇ ਅੱਕੈਚ ਸਮਰਥਨ ਕਠੀਨ ਨੇ ਲਈ ਰੈਲੀਆਂ ਕਰਾਰ ਦੇਣ। ਭਾਜਪਾ ਦੇ ਪਾਰਟੀ ਦੇ ਸੀਨੀਅਰ ਲੀਡਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਕੱਲ ਪੱਛਮ ਬੰਗਾਲ ਦੇ ਜਲਪਾਈਗੁੜੀ ਦੇ ਧੂਪਕੁਰੀ ਬਲਾਕ ਦੀ ਜਮੂਰਥਾਰ ਇੱਕ ਸਾਰਵਜਨਿਕ ਮੀਟਿੰਗ ਲਾਈ ਰੈਲੀ ghee ਸੰਬੋਧਿਤ ਕਰਦੇ ਹੋਏ ਸ਼੍ਰੀ ਮੋਦੀ ਉਰੇ ਆਖਿਆ ਜੇ ਉਹ 2047 ਬਰੇਤਕਰ ਮੁਲਕ ਹੈਗੀ ਵਿਕਸਿਤ ਕਰਨ ਲਈ ਹਫਤੇ ਦੇ ਸੱਤ ਦਿਨ 24 ਘੰਟੇ ਕੰਮ ਕਰਰ ਦਿਨ ਉਨੇ ਆਖਿਆ ਵਿਕਸਿਤ ਭਾਰਤ ਦੇ ਸੁਖ ਨੇਗੀ ਸੱਚ ਕਰਨ ਲਈ ਉਹਦੇ ਜੀਵਨ ਦਾ ਹਰ ਇੱਕ ਪਲ ਮੁਲਕ ਹੈ ਦੇ ਨਮਿਤ ਸਮਰਪਿਤ ਹੈ। ਉਹਨਾਂ ਆਖਿਆ ਆਉਂਦੇ ਲੋਕ ਸਭਾ ਚੋਣਾਂ ਮਗਰਾ ਕੇਂਦਰ ਚ ਇੱਕ ਸਸ਼ਕਤ ਤੇ ਸਥਾਈ ਸਰਕਾਰ ਆਉਗ। ਜੀ ਮੋਦੀ ਨੇ ਆਖਿਆ ਕੇਂਦਰ ਚ ਜਿੰਨੀ ਸਸ਼ਕਤ ਸਰਕਾਰੋਗ ਉਹਨਾਂ ਦੇ ਤਗੜਾ ਦੁਨੀਆ ਦਾ ਭਾਰਤ ਪਰ ਵਿਸ਼ਵਾਸੋਗ ਇਹ ਅਖਦੀ ਉਹ ਜਿਹੜਾ ਤੁਨ ਆਤੰਕ ਮੁਕਤ ਹੋਈ ਕਿਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਆਖਿਆ ਦਫਾ 370 ਕੀ ਖਤਮ ਕਰਨਾ ਅਤੰਗਵਾਦ ਮੁਕਤ ਕਸ਼ਮੀਰ ਦੀ ਤਸਦੀਕ ਕਰਦਾ ਹੈ ਜਿਹੜਾ ਭਾਰਤ ਲਈ ਇੱਕ ਗਾਵ ਹੈ ਉਹਨੇ ਆਖਿਆ ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀਆਂ ਨੀਤੀਆਂ ਗਰੀਬ ਆਦਮੀ ਦੇ ਜਿੰਦਗੀ ਸਖੱਲਾ ਬਣਾਇਆ ਹੈ ਉਨੇ ਉਖਮਰਾਨ ਤ੍ਰਿਨਮੂਲ ਕਾਂਗਰਸ ਸਰਕਾਰ ਪਰ ਦੋਸ਼ ਲਾਇਆ ਜੇ ਉਹ ਰਾਜ ਚ ਕੇਂਦਰ ਆਸਿਆ ਸ਼ੁਰੂ ਕੀਤੀ ਗਈਆਂ ਲੋਕ ਕਲਿਆਣ ਸਕੀਮੇ ਦੀ ਅਮਲਵਰੀ ਚ ਰੋੜੇ ਅੜਕਾਰਦੀ ਹੈ ਸ਼੍ਰੀ ਮੋਦੀ ਨੇ ਆਖਿਆ ਜੇ ਇੰਡੀਆ ਬਲਕ ਕਸ਼ ਮੁਲਕ ਹੈਗੀ ਅੱਗੇ ਲੈ ਜਾਣੇ ਲਈ ਕੋਈ ਸੋਚ ਨਹੀਂ ਹੈ ਦੂਏ ਪਾਸੇ ਤ੍ਰਿਨਮੂਲ ਕਾਂਗਰਸ ਦੀਆਂ ਅਧਿਅਕਸ਼ ਤੇ ਪੱਛਮ ਬੰਗਾਲ ਦੀਆਂ ਮੁੱਖ ਮੰਤਰੀ ਬਮਤਾ ਬੇਨਰਜੀ ਉਹਰੇ ਪੁਰੂਲਿਆ ਲੋਕ ਸਭਾ ਅਲਕੇਥਮਾ ਚਨਾਮਦਾਨ ਚਖੜੋਤੇ ਦੇ ਪਾਰਟੀ ਮੇਦਵਾਰ ਸ਼ਾਂਤੀ RAM ਮਹਤੋ ਉੰਦੇ ਅਕੈਚ ਚਨਾਬ ਪ੍ਰਚਾਰ ਕੀਤਾ ਉਹਨੇ ਆਖਿਆ ਤ੍ਰਿਨਮੂਲ ਕਾਂਗਰਸ ਰਾਜ ਦੇ ਵਿਕਾਸ ਪ੍ਰਤੀ ਸਮਰਪਿਤ ਹੈ ਪਾਰਟੀ ਜਨਤਾ ਪਾਰਟੀ ਪਰ ਦੋਸ਼ ਲਾਉਂਦੇ ਹੋਏ ਉਹਨੇ ਆਖਿਆ ਜੇ ਨਾਗਰਿਕਤਾ ਸੰਸ਼ੋਧਨ ਕਾਨੂੰਨ ਤਹਿਤ ਲੋਕ ਕਿੰਗੀ ਉੰਦੇ ਕਰੇ ਜਾਂਦਾ ਕੱਢਿਆ ਜਾਣਾ ਹੈ ਕਲ ਸਨਿਆ ਪ੍ਰਧਾਨ ਮੰਤਰੀ ਮੋਦੀ ਉਰੇ ਜਬਲਪੁਰ ਮਧ ਪ੍ਰਦੇਸ਼ ਚ ਇੱਕ ਰੋਡ ਸ਼ੋਅ ਵੀ ਕੀਤਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਨਿਆ ਮਹਾਰਾਸ਼ਟਰ ਦੇ ਚੰਦਪੁਰ ਦਾ ਦੌਰਾ ਲੰਘਨ ਤੇ ਚੰਦਪੁਰ ਤੇ ਗੜਚਰੌਲੀ ਲੋਕ ਸਭਾ ਅਲਕੇ ਥਮਾਕਰੋਤੇ ਦੇ ਭਾਰਤੀ ਜਨਤਾ ਪਾਰਟੀ ਦੇ ਮੇਦਵਾਰਿੰਦੇ ਸਮਰਥਨ ਚ ਚੋਣ ਪ੍ਰਚਾਰ ਕਰਨ ਮੋਰਬਾ ਬਾਈ ਅਤੇ ਦੇ ਮੈਦਾਨ ਚ ਲੱਗਨੇ ਵਾਲੀ ਸਾਰਵਜਨਿਕ ਬੈਠਕ ਚ ਰਾਜ ਦੇ ਬੀਜਪੀ ਲੀਡਰ ਤੇ ਮਹਾਰਾਸ਼ਟਰ ਚ ਮਹਾਯੁਤੀ ਗੱਟਬੰਧਨ ਦੇ ਲੀਡਰ ਇਸ ਸਲੰਗਨ ਰਾਜ ਦੇ ਜੰਗਲਾਤ ਮੰਤਰੀ ਸੁਧੀਰ ਮੰਗਨ ਤਿਵਾਰ ਚੰਦਰਪੁਰ ਲੋਕ ਸਭਾ ਚਨਾ ਅਲਕੇਥਮ ਮੇਦਵਾਰ ਨਾ ਤੇ ਇਸਲੇ ਗਟ ਚਿਰੋਲੀ ਦੇ ਸੰਸਦ ਅਸ਼ੋਕ ਨੇਤੇ ਗਟ ਚਿਰੋਲੀ ਲੋਕ ਸਭਾ ਚਨਾ ਅਲਕੇਥਮ ਮੇਦਵਾਰ ਨਾ ਤੋਂ ਪ੍ਰਧਾਨ ਮੰਤਰੀ ਮਹਾਯੁਤੀ ਮੇਦਵਰ ਰਾਜੂ ਪਰਵੇਦੇ ਸਮਰਥਨ ਚ ਇਸਮੀ ਨੇ ਦੀ 10 ਤਰੀਕਿਆ ਕੀ ਰਾਮਟੇਕ ਲੋਕ ਸਭਾ ਅਲਕੇ ਦੇ ਕਾਨਨ ਇਲਾਕੇ ਚ ਚੋਣ ਪ੍ਰਚਾਰ ਕਰਨਨ। ਸ਼੍ਰੀ ਪਰਵੇ ਨਾਗਪੁਰ ਗ੍ਰਾਮੀਣ ਥਮਾ ਰਾਮਟੇਕ ਲੋਕ ਸਭਾ ਲਈ ਚੋਣ ਲੜਾਰ ਦਿਨ। ਪੂਰਵੀ ਵਿਦਰਭ ਦੇ ਨਾਗਪੁਰ, ਰਾਮਟੇਕ, ਹੰਦਰਪੁਰ, ਗੜਜਰੋਲੀ, ਚਿਮੂਰ ਤੇ ਭਾਂਡਾਰਾ, ਗੋਂਡਿਆ ਚ ਇਸਮੀ ਨੇ ਦੀ 19 ਤਰੀਕਿਆ ਕੀ ਚੋਣ ਕਰਵਾਏ ਜਾਣਨ। भारतीय जनता पार्टी के वरिष्ठ नेता प्रधानमंत्री नरेंद्र मोदी और आज छत्तीसगढ़ के बस्तर जिले च जनसभा की संबोधित करन मोदी और बस्तर दे भानपुरी च विजय संकल्प शंखनाद रैली संबोधित करते भारतीय जनता पार्टी के चुनाव प्रचार की शुरुआत करगन पहले गेड तहत बस्तर लोकसभा सीट पर उन्नी अप्रैल की मतदान हो ਲੋਕ ਸਭਾ ਜਨਾਦੇ ਦੂਏ ਗੇੜ ਆਸਤੇ ਨਮੰਕਨ ਵਾਪਸ ਲੈਨੇ ਦਾ ਅੱਜ ਖੀਰੀ ਧਿਆੜਾ ਹੈ ਇਸ ਗੇੜ ਚ ਬਾਰੀ ਰਾਜੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ دیے 88 ਲੋਕ ਸਭਾ ਸੀਟੇਂ ਪਰ 26 ਅਪ੍ਰੈਲ ਕੀ ਵੋਟ ਪਾਈ ਜਾਣੀ ਜਮ ਕਸ਼ਮੀਰ ਕੀ ਛੋੜੀਏ ਨਮੰਕਨ ਪੱਤਰ ਦੀ ਜਾਂਚ ਅਲਾ ਕਮ ਸ਼ੁੱਕਰਵਾਰੀ ਕੀਤਾ ਜਾਗ ਦੂਏ ਗੇੜ ਚ ਕੇਰਲ ਦੀ ਬੀ ਕਰਨਾਟਕ ਦੀਆਂ 14 ਰਾਜਸਥਾਨ ਦੀਆਂ 13 ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੀਆਂ 8 8 ਮੱਧ ਪ੍ਰਦੇਸ਼ ਦੀਆਂ 7 ਪੱਛਮ ਬੰਗਾਲ ਤੇ ਛੱਤੀਸਗੜ੍ਹ ਦੀਆਂ ਤਰਾਉ ਤਰਾਉ ਮਣੀਪੁਰ ਤ੍ਰਿਪੁਰਾ ਤੇ ਜੰਮੂ ਕਸ਼ਮੀਰ ਦੀ ਇੱਕ ਇੱਕ ਸੀਟ ਪਰ ਵੋਟ ਪਾਈ ਜਾਗਨ ਕਾਂਗਰਸ ਨੇ ਕੱਲ ਲੋਕ ਸਭਾ ਚੋਣਾਂ ਅਸਤਰਾ ਮੇਦਵਾਰਿੰਦੀ ਸੂਚੀ ਜਾਰੀ ਕੀਤੀ ਬਾਤੀ ਨੇ ਪੱਛਮ ਬੰਗਾਲ ਚ ਬਨਗਾਉ ਸੂਆ ਪ੍ਰਦੀਪ ਵਿਸ਼ਵਾਸ ਉਲੂਬੇਟਿਆ თਮਾ ਅਜ਼ਹਰ ਮਲਿਕ ਤੇ ਘਾਟਾਲ თਮਾ ਡਾਕਟਰ ਪਪਿਆ ਚਕਰਵਰਤੀ ਓਰਿੰਗੀ ਮੇਦਵਾਰ ਬਨਾਇਆ ਹੈ ਭਗਵਾਨ ਗੋਲਾ ਵਿਦਾਂਚਬਕ ਖੇਤਰ ਦੇ ਉਪ ਚੁਨਾ ਜੋ ਅੰਜੂ ਬੀਗਮ ਕਾਂਗਰਸ ਦੀਆਂ ਮੇਦਵਾਰ ਓਗਨ ਨਿਰਵਾਚਨ ਆਯੂਗ ਨੇ ਆਖੇ ਜੇ ਲੋਕ ਸਭਾ ਚੁਣਾਈ ਦੀ ਕੋਸ਼ ਨਮਗਰਾ ਛੜੇ ਬਿੰਗੇ ਦਿਨੇ ਦੇ ਅੰਦਰ ਗਏ ਸੁਵਿਧਾ ਪੋਰਟਲ ਪਰ 77000 ਕੋਲਾ ਮੱਤियां ਦਰਖਾਸਤਾਂ ਆਇਆਂ सुविधा पोर्टल दी मदद करने चुनाव प्रचार अवधि दे मतलब की दिखती हुई रैलियां आयोजित करने आरजी तौर पर पार्टी दफ्तर खोलने घर घर जाइए प्रचार करने वीडियो वैन हेलीकॉप्टर ते गड्डी वगैरह ਲਈ परमिट हासिल करने ते प्रचार सामग्री बंडने दी परमिशन लेती जा सकती है निर्वाचन आयोग ने दसे आज असल अर्जियां जा चा 44600 गुल्ला मतियों की मंजूरी थोई गई थी है ਬਾਟੀਆਂ ਦੇ म्मीदवारਾਂ ਲਈ ਇੱਕ ਬਰਾਬਰ ਰੂਪ ਕਰਨ ਦੀ ਸੁਵਿਧਾ ਯਕੀਨੀ ਬਣਾਈ ਜਾਂਦੀ ਹੈ ਆਯੋਗ ਨੇ ਆਖਿਆ ਜੇ ਸੁਵਿਧਾ ਪੋਰਟਲ ਚੋਣ ਪ੍ਰਬੰਧਨ ਚ ਪਾਰਦਰਸ਼ਤਾ ਕੀ ਵਡਾਵਾ ਦਿੰਦਾ ਹੈ ਸੁਵਿਧਾ ਪੋਰਟਲ ਜਨਾ ਆਯੂਗ ਆਸਿਆ ਤਿਆਰ ਕੀਤੀ ਗਈ ਇੱਕ ਟੈਕਨੋਲੋਜੀ ਅਲੀ ਪਹਿਲੇ ਜਿਹੜੀ ਸੁਤੰਤਰ ਨਿਰਪੱਖ ਤੇ ਪਾਰਦਰਸ਼ੀ ਜਨਾ ਦੇ ਲੋਕਤੰਤ੍ਰਿਕ ਸਿਧਾਂਤੇ ਮੁਜਬ ਸੁਵਿਧਾ ਉਪਲਬਧ ਕਰਾਂਦਾ ਹੈ ਜਨਾ ਆਯੂਗ ਨੇ ਆਉਂਦੇ ਲੋਕ ਸਭਾ ਚਨਾਏ ਚ ਯੁਵਾ ਤੇ ਸ਼ਹਿਰੀ ਮੱਦਾਤਾਇਨ ਦੀ ਇਸਤਿਦਾਰੀ ਬਦਾਨਿਆਸਤੇ ਸੋਸ਼ਲ ਮੀਡੀਆ ਪਰ ਕਈ ਪਹਿਲਾ ਤੇ ਅਭਿਆਨ ਸ਼ੁਰੂ ਕੀਤੇ ਨਾ ਆਯੂਗ ਮੱਤਾਤਾਇਨ ਤਕਰ ਆਪਣਾ ਸਨਿਆਪ ਜਾਣੇ ਹਾਸਤੇ ਟਰਨਿੰਗ 18 ਤੇ ਯੂ ਆਰ ਦਾ 1 ਅਭਿਆਨ ਰਾਂ ਵਿਸ਼ੇ ਚੁਨਣ ਲੋਕਪ੍ਰੀਆ ਆਈਕਨ ਤੇ ਸਬੰਧਤ ਸਮਗਰੀ ਦਾ ਇਸਤੇਮਾਲ ਕਰਾਰਦਾ ਹੈ ਤਾਂ ਜੇ ਆਉਂਦੇ ਚੁਣਾਈ ਚ ਯੁਵਾ ਤੇ ਸ਼ਹਿਰੀ ਮੱਤਾਤਾਇਨ ਦੀ ਕਿੰਤਰੀ ਚਬਾਦਾ ਕੀਤਾ ਜਾ ਸਕੈ ਸੇਨਾ ਦੇ ਤਰਫ ਨੇ ਅੰਗੇਂਡਾ ਇਕਰੋਜ਼ਾ ਸਾਂਝਾ ਸਮੇਲਨ ਅਜ ਨਮੀ ਦਿੱਲੀ ਚ ਲੱਗਗ ਪରିਵਰਤਨ ਚਿੰਤਨਾਦੇ ਇਸ ਸਮੇਲਨ ਦਾ ਮਕਸਦ ਨਵੀਂ ਵਿਚਾਰਾਂ ਨਮੀਆਂ ਪਹਿਲੀਆਂ ਤੇ ਸੁਧਾਰੇ 'ਤੇ ਜ਼ੋਰ ਦੇਣਾ ਹੈ ਤਾਂ ਜੋ ਫੌਜ ਦੇ ਤਰਉਨੇ ਸੀ ਗੇਮ ਬਸ਼ਕਾਰ ਨੇੜਮਾ ਤੇ ਬਿਹਤਰ ਤਾਲਮੇਲ ਬਦਾਇਆ ਜਾ ਸਕੇ ਸਮੇਲਨ ਦੀ ਅਧਿਖਚਤਾ ਰੱਖਿਆ ਪ੍ਰਮੁਖ ਸੀ ਡੀ ਐਸ ਜਨਰਲ ਅਨਿਲ ਚੋਹਾਨ ਉਰਕਰਗਨ ਇਹ ਫੌਜ ਦੇ ਤਰਉਨੇ ਅੰਗੀਨ ਦੇ ਪ੍ਰਮੁਖੇ ਸੈਨਿਕ ਕਾਰਜ ਵਿਭਾਗ ਦੇ ਇੰਟੀਗ੍ਰੇਟਿਡ ਡਿਫੈਂਸ ਸਟਾਫ ਦੇ ਮੁਖੀਆ ਲੀਂਦਾ ਪਹਿਲਾ ਸੰਜਾ ਸਮੇਲਨੋ ਸਮੇਲਨ ਚ ਸੈਨੈਨ ਦੇ ਬਖ ਬਖ ਸਰਿੰਦੇ ਅਫਸਰ ਆਪਣੇ ਤਜਰਬੇ ਸਾਂਝੇ ਕਰਨਨ ਤੇ ਇਕੀਕ੍ਰਿਤ ਵਿਵਸਥਾ 기 ਕਾਰਜ ਰੂਪ ਦੇਨੇ ਬਾਰੇ ਆਪਣੇ ਆਪਣੇ ਸੁਝਾਅ ਤੇ ਵਿਚਾਰ ਰਖਮਨ ਰਖਸ਼ਮੰਚਾਲੀ ਨੇ ਦਸਿਆ ਜੇਪਾਰਤੀ ਸਸ਼ਸਤਰ ਬਲ ਬਵਿੱਖ ਦੇ ਯੁੱਧ ਲਈ ਆਪਣੇ ਆਪੇ 기 ਤਿਆਰ ਕਰਾਰ ਦੇਨ ਇਸੇ ਦਿਖਦੇ ਹੋਈ ਸੰਯੁਕਤ ਅਭਿਆਨ ਲਈ ਸੈਨਾ ਦੇ ਤਰਨੇ ਅੰਗੇ ਬਸ਼ਕਰ ਤਾਲਮਿਲ 기 ਮਜ਼ਬੂਤ ਕਰਨ ਲਈ ਕਈ ਪਹਿਲ ਕਦਮੀਆਂ त उपराष्ट्रपति जगदीप धनखड़ें युवा पेशेवर सव दो हजार संताली तगर विकसित भारत बनाने के जत्ने च सैपा बनने की अपील की बिहार के बोधगया च भारतीय प्रबंधन संस्थान के छवे दीक्षांत समारोह जे चया दे विद्यार्थी ते युवा भारत दा भविख में राष्ट्रीय शैक्षिक अनुसंधान अन्संधान प्रशिक्षण परिषद एनसीईआरटी ने अपनी शैक्षणिक समग्री दे कॉपीराइट उल्लंघन मामले में चेतावनी जारी की है। चेतावनी जेकर कोई भी व्यक्ति या संस्था कॉपीराइट इजाजत बगैर एनसीआरटी दिए कताबें दी समग्री का इस्तेमाल व्यवसायिक इस्तेमाल ले कर उसके खिलाफ कानूनी कार्रवाई कीनसीआरटी ने नई ने कताबें इस्तेमाल नहीं करने का आग्रह किया है मौसम विभाग ने मुल्खे पूर्वी मध्य ते प्रायद्वीपीय क्षेत्र च अगले चौं दिन तक तेज एन गड़ा पौने के औली थम दरमयानी दर्जे की बरखा पौने की है मध्य प्रदेश छत्तीसगढ़ मराठवाड़ा विदर्भ झारखंड पछ्छम बंगाल के गांगिया क्षेत्र ओडिषा ते महाराष्ट्र च इस महीने की जारम तरीके तर गर्ज चमक करखा है ਬੱਕ ਬੱਕ ਸਿਆਸੀ ਪਾਰਟੀ ਦੇ ਵੱਡੇ ਲੀਡਰ ਲੋਕ ਸਭਾ ਚੋਣ ਪ੍ਰਚਾਰ ਲਈ ਰੈਲੀਆਂ ਤੇ ਰੋਡ ショਅ ਆਯੋਜਿਤ ਕਰਾ ਦੇਣ। ਪਾਰਟੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ਚ ਅੱਜ ਸਨ ਮਾ ਰਾਸ਼ਟਰੀ ਚੰਦਰਪੁਰ ਜਾੰਘਨ। ਲੋਕ ਸਭਾ ਚੋਣਾਂ ਦੇ ਦੋਵੇਂ ਮਹਿਲੇ ਕੀਤੇ ਨਾਮੰਕਨ ਪਰਤਾ ਨੇ ਅੱਜ ਖੀਲਿਆ ਹੈ। सेना ਦਿਤ੍ਰੌਨੀ ਅੰਗਿੰਦੀ ਪਹਿਲੀ ਪਹਿਲੀ ਕਾਨਫਰੰਸ ਪਰਿਵਰਤਨ ਚਿੰਤਨ ਅੱਜ ਆਯੋਜਿਤ ਕੀਤੀ ਜਾਂਦੀ ਹੈ ਤੇ ਭਾਰਤੀ ਮੌਸਮ ਵਿਭਾਗ ਨੇ ਆਂਦੇ ਚੌਂ ਦਿਨਾਂ ਦੇ ਦੌਰਾਨ ਪੂਰਵੀ, ਮੱਧ ਅਤੇ ਪ੍ਰਾਇਦੀਪੀਅ ਪਾਰਚੌਲਿਥ ਮੱਧਮ ਦਰਜੀ ਦੀ ਬਰਖਾ ਬਾਨ ਦੀ ਪੇਸ਼ੰਗੋਈ ਕੀਤੀ ਹੈ ਖਬਰਾਂ ਦੇ ਬੁਲੇਟਿਨ ਚ ਬਸ ਇਨਾ ਗੇ